ਇਹ ਤਾਂ ਇਹ ਹੋ ਗਿਆ ਵੀ ਪਹਿਲਾਂ ਟੀਨੂ ਨੇ ਜੱਟ ਕਰ ਲਿਆ, ਕੇਸ ਕਰ ਲਿਆ ਦਰਜੀ, ਅੱਜ ਕੱਲ ਟੀਨੂ ਮੀਰ ਜਾਦੇ ਨਾਲ ਕੱਲ ਨੂੰ ਟੀਨੂ ਦੀ ਮਰਜ਼ੀ। ਬਾਪੂ ਚਾਡਰ ਮਨਾਰਾ ਹੁੰਦਾ, ਬੱਚਾ ਉਹਨੂੰ ਦੇਖ ਕੇ ਪੜ੍ਹਦਾ। ਜੇ ਬਾਪੂ ਵੀ ਗਲਤ ਹੋ ਜਾਵੇ ਤਾਂ ਰਾਜ ਗਲਤ ਹੋ ਜਾਂਦੀ ਹੈ, ਜੇ ਲੀਡਰ ਗਲਤ ਹੋ ਜਾਵੇ ਤਾਂ ਸਮਾਜ ਦੇ ਵਿੱਚ ਨਿਗਾਹ ਆਉਂਦਾ। ਉਹ ਮੌਸਮ ਵਾਂਗੂ ਬਦਲ ਗਏ, ਅਸੀਂ ਉੱਪਰ ਵਾਂਗੂ ਖੜੇ। ਭਗਵੰਤ ਸਿੰਘ ਮਾਨ ਕਹਿੰਦੇ 13-0 ਦੇ ਨਾਲ ਆਪਣਾ ਜਿਹੜਾ 13-0 ਹੀ ਹੋਏਗਾ, ਲੇਕਿਨ ਕਾਂਗਰਸ ਦੇ ਹੱਕ ਹੋਏਗਾ, ਆਮ ਆਦਮੀ ਪਾਰਟੀ ਦੀ 0 ਹੋਏਗੀ। ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਸ਼ਬਦੀ ਵਾਰ ਆਗੂਆਂ ਦੇ ਵਿੱਚ ਚੱਲ ਰਹੇ ਨੇ। ਜਲੰਧਰ ਹੌਟ ਸੀਟ ਬਣੀ ਹੋਈ ਹੈ, ਜਿੱਥੇ ਕਿ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਸਨ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਦੇ ਵੱਲੋਂ ਕਸੀਦੇ ਕੱਸੇ ਗਏ ਨੇ ਪਵਨ ਟੀਨੂ ਦੇ ਖਿਲਾਫ। ਆਓ ਸੁਣਦਿਆਂ ਉਹਨਾਂ ਨੇ ਕੀ ਕਿਹਾ। ਟੀਨੂ ਨੇ ਜੱਟ ਕਰ ਲਿਆ, ਕੇਸ ਕਰ ਲਿਆ ਦਰਜੀ, ਅੱਜ ਕੱਲ੍ਹ ਟੀਨੂ ਮੀਰ ਜਾਦੇ ਨਾਲ ਕੱਲ ਨੂੰ ਬੰਦ ਟੀਨੂ ਦੀ ਮਰਜ਼ੀ। ਬਾਪੂ ਚਾਡਰ ਮਨਾਰਾ ਹੁੰਦਾ, ਬੱਚਾ ਉਹਨੂੰ ਦੇਖ ਕੇ ਪੜ੍ਹਦਾ। ਜੇ ਬਾਪੂ ਵੀ ਗਲਤ ਹੋ ਜਾਵੇ ਤਾਂ ਰਾਜ ਗਲਤ ਹੋ ਜਾਂਦੀ ਹੈ, ਜੇ ਲੀਡਰ ਗਲਤ ਹੋ ਜਾਵੇ ਤਾਂ ਸਮਾਜ ਦੇ ਵਿੱਚ ਨਿਗਾਹ ਆਉਂਦਾ। ਸੋ ਅਜਿਹੇ ਲੀਡਰ ਜਿਹੜਾ ਤਾਂ ਆਪਣਾ ਕੋਈ ਸਟੈਂਡ ਨਹੀਂ। ਮੈਂ ਤਾਂ ਕਿਹਾ ਸੀ ਯਾਰ ਸਹਿਗਲ ਦਾ ਵੀ ਸਟੈਂਡ ਹੁੰਦਾ, ਇਹਦਾ ਕੋਈ ਸਟੈਂਡ ਹੀ ਨਹੀਂ। ਅਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਨਾਲ ਲੋਕ ਸਟੈਂਡ ਨਹੀਂ ਕਰਦੇ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਕਿਰਦਾਰ ਵਾਲੇ ਬੰਦੇ ਸਾਡੇ ਸਮਾਜ ਨੂੰ ਕਿਆ ਸੇਧ ਦੇਣਗੇ। ਇਹਨਾਂ ਦੇ ਤਾਂ ਆਪਣੇ ਕਿਰਦਾਰ ਮਾੜੇ ਆ, ਸਾਡੇ ਨੌਜਵਾਨਾਂ ਨੂੰ ਕਿਆ ਸੇਧ ਮਿਲੇਗੀ ਕਿ ਇਸ ਤਰ੍ਹਾਂ ਗੱਲ ਬਦਲ ਕੇ ਲਾਲਚ ਦੇ ਵਿੱਚ ਡਰ ਦੇ ਵਿੱਚ ਤੁਸੀਂ ਅੱਗੇ ਦੇ ਅੱਗੇ ਜਾਈ ਜਾਓ। ਵਰਕਰਾਂ ਦਾ ਕਿਆ ਕਸੂਰ ਹੈ, ਵਰਕਰ ਉੱਥੇ ਖੜਾ ਹੈ। ਉਹ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗੂ ਖੜੇ, ਤੁਸੀਂ ਰੁੱਖਾਂ ਵਾਂਗੂ ਖੜੇ, ਉੱਪਰਲੇ ਬਦਲਦੇ। ਉਹ ਦੁਆਬੇ ਦੇ ਵਿੱਚ ਖਾਸ ਤੌਰ 'ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਜਿਹੜੇ NRI ਭਰਾ ਹੈ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ। ਤਲਾਬ ਬਣਾਇਆ ਹੋਇਆ, ਕੋਈ ਗਲੀਆਂ ਬਣਾਈ ਜਾਂਦਾ, ਕੋਈ ਗੁਰਦੁਆਰੇ ਪਰ ਪੈਸੇ ਲਗਾਏ ਜਾਂਦਾ, ਕੋਈ ਕਮਿਊਨਿਟੀ ਸੈਂਟਰ ਬਣਾ ਦਿੰਦਾ। ਸੋ ਇੱਥੇ ਜਿੰਨੀ ਕੰਟਰੀ ਕਿ ਮੈਂ ਦੁਆਬੇ ਦੇ ਵਿੱਚ ਜੋ ਘੁੰਮ ਕੇ ਦੇਖਿਆ, ਤੁਸੀਂ ਆਪਣੀ ਮਿੱਟੀ ਦੇ ਨਾਲ ਜੁੜੇ ਹੋ, ਅਸਲੀ ਤੁਸੀਂ ਦੇਸ਼ ਭਗਤ ਹੋ, ਅਸਲੀ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ। ਤੁਸੀਂ ਜੋ ਦੁਆਬੇ ਦੀ ਡਿਵੈਲਪਮੈਂਟ ਕਰਾਈ ਹੈ ਸ਼ਾਇਦ ਇੰਨੀ ਸਰਕਾਰਾਂ ਨੇ ਵੀ ਨਹੀਂ ਕਰਾਈ। ਅਕਾਲੀ ਮੰਨੂ ਇੱਕ ਸਰਪੰਚ ਕਹਿ ਰਿਹਾ ਸੀ, ਕਹਿੰਦਾ ਜੀ ਸਾਡੇ ਤਾਂ NRI ਸਾਰਾ ਕੁਝ ਕਰਨ ਨੂੰ ਤਿਆਰ ਹੈ, ਲੇਕਿਨ ਸਰਕਾਰ ਇਹਨੇ ਪੂਰਾ ਕਰਦੀ ਤਾਂ ਹਿੱਸਾ ਉਹਨੂੰ ਵੀ ਤਿਆਰ ਹੈ। ਸੋ ਮੈਂ NRI ਭਰਾਵਾਂ ਨੂੰ ਇੱਕ ਵਾਰ ਬੇਨਤੀ ਕਰਨਾ ਚਾਹੁੰਦਾ, ਕਹਿਣਾ ਚਾਹੁੰਦਾ ਕਿ ਮੈਂ ਤੁਹਾਡਾ ਨੁਮਾਇੰਦਾ ਬਣ ਕੇ ਇੱਥੇ ਕੰਮ ਕਰਾਉਂਗਾ, ਕਿਉਂਕਿ ਤੁਸੀਂ ਕੰਟਰੀਬਿਊਟ ਕਰ ਰਹੇ ਹੋ। ਕੋਈ ਕਿਸੇ NRI ਦੀ ਜ਼ਮੀਨ ਨਹੀਂ ਲੱਭਿਆ ਸਰ ਦਾ, ਕੋਈ NRI ਨੂੰ ਇੱਥੇ ਪ੍ਰੋਬਲਮ ਨਹੀਂ ਆਏਗੀ। ਜਿਹੜਾ ਕੋਈ ਬਾਹਰ ਜਾਣਾ ਚਾਹੁੰਦਾ ਨੌਜਵਾਨ ਮੁੰਡਾ, ਉਹਨੂੰ ਵੀ ਅਸੀਂ ਉੱਥੇ ਚੰਗੀ ਯੂਨੀਵਰਸਿਟੀ ਜਾਵੇ, ਚੰਗੀ ਜਗ੍ਹਾ ਪੜ੍ਹੇ, ਚੰਗੇ ਕੰਮ 'ਚ ਜਾਵੇ। ਕਈ ਤਾਂ ਜਿਹੜੇ ਏਜੰਟ ਉਹ ਵੀ ਠੱਕਣ ਦੇ, ਲੇਕਿਨ ਆਪਾਂ ਨੇ ਇੱਥੇ ਆਪਣੇ ਏਰੀਏ ਦੇ ਵਿੱਚ ਵੀ ਅੱਛੀਆਂ ਨੌਜਵਾਨਾਂ ਵਾਸਤੇ ਸੁਵਿਧਾਵਾਂ ਬਣਾਉਣੀ, ਅੱਛੇ ਕਾਰੋਬਾਰ ਉਹਨਾਂ ਨੂੰ ਦੇਣੇ। ਇਹ ਜਿਹੜੀ ਆਟਾ ਦਾਲ ਹੈ ਨਾ, ਆਟਾ ਦਾਲ ਦੇ ਦਿੱਤੀ ਵੋਟਾਂ ਦੇ ਗਈ, ਵੀ ਯਾਰ ਆਟਾ ਦਾਲ ਤਾਂ ਸਾਡਾ ਹੁੰਦਾ ਆਪੇ ਖਰੀਦ ਲਊਗਾ, ਉਹਨੂੰ ਨੌਕਰੀ ਦਿਓ, ਉਹਨੂੰ ਕਾਰੋਬਾਰ ਦਿਓ, ਉਹਨੂੰ ਅੱਛੀ ਪੜ੍ਹਾਈ ਦਿਓ। ਇਹ ਚੀਜ਼ਾਂ ਮੈਂ ਲੈ ਕੇ ਆਉਂਦਾ, ਅੱਛੀ ਪੜ੍ਹਾਈ, ਅੱਛੀ ਨੌਕਰੀ, ਅੱਛਾ ਕਾਰੋਬਾਰ, ਅੱਛੇ ਹਸਪਤਾਲ,
ਇੱਥੇ ਦਾ ਜਿਹੜਾ ਕੋਈ ਚੰਗਾ ਹਸਪਤਾਲ ਹੀ ਨਹੀਂ, ਕੋਈ ਸਰਕਾਰੀ ਤਾਂ ਹੈ ਹੀ ਨਹੀਂ, ਛਿਲਕਾਰ ਗਰੀਬ ਆਦਮੀ ਕਿਸ ਤਰ੍ਹਾਂ ਇਲਾਜ ਕਰਾਵੇ? ਇਹ ਚੀਜ਼ਾਂ ਆਪਾਂ ਨੇ ਇੱਥੇ ਕਰਨੀਆਂ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤਕੜੇ ਹੋ ਕੇ ਆਪਾਂ ਨੇ ਕੰਮ ਕਰਨਾ। ਜਿਸ ਤਰ੍ਹਾਂ ਮੈਂ ਲਾਲ ਲਾਈਨ ਲਕੀਰ ਦੀ ਸਕੀਮ ਲੈ ਕੇ ਆਇਆ ਸੀ ਵੀ ਮੇਰਾ ਘਰ ਮੇਰੇ ਨਾਮ ਕਰੋ, ਜਿੰਨੇ ਲਾਲ ਲਾਈਨ ਦੇ ਅੰਦਰ ਘਰ ਹੈ ਸਾਡੇ ਗਰੀਬ ਆਦਮੀ ਪਾਸ ਕਿਆ ਆਉਂਦਾ, ਉਹੀ ਇੰਨਾ ਕੋਈ ਘਰ ਹੈ, ਨਾ ਕੋਈ ਜ਼ਮੀਨ ਹੈ, ਨਾ ਕੋਈ ਹੈ। ਅਤੇ ਜੇ ਉਹਦੇ ਨਾਮ ਹੋ ਜਾਏਗਾ ਤਾਂ ਉਹ ਆਪਣੇ ਮੁੰਡੇ ਨੂੰ ਟੈਕਸੀ ਪਾ ਦੇਗਾ, ਉਹਨੇਗਾ ਉਹ ਲੋਨ ਲੈ ਕੇ। ਸੋ ਇਹ ਸਾਰੇ ਕੰਮ ਆਪਾਂ ਨੇ ਕਰਨੇ, ਔਰ ਤਕੜੇ ਹੋ ਕੇ ਕਰਨੇ। ਅੱਜ ਤਾਂ ਤੁਸੀਂ ਮੇਨ ਮੇਨ ਬੰਦੇ ਇੱਥੇ ਆਏ ਹੋ, ਮੈਂ ਤੁਹਾਡਾ ਬੜਾ ਧੰਨਵਾਦੀ ਹਾਂ, ਔਰ ਖਾਸ ਤੌਰ 'ਤੇ ਬਾਈ ਜੀ ਦਾ ਬਹੁਤ ਧੰਨਵਾਦੀ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਤੁਹਾਨੂੰ ਇਕੱਠੇ ਕੀਤਾ। ਭਗਵੰਤ ਸਿੰਘ ਮਾਨ ਕਹਿੰਦੇ 13-0 ਦੇ ਨਾਲ ਆਪਣਾ ਜਿਹੜਾ 13-0 ਹੀ ਹੋਏਗਾ, ਲੇਕਿਨ ਕਾਂਗਰਸ ਦੇ ਹੱਕ 'ਚ ਹੋਏਗਾ, ਆਮ ਆਦਮੀ ਪਾਰਟੀ ਦੀ 0 ਹੋਏਗੀ। ਤੇਜਿੰਦਰ ਬਿੱਟੂ, ਮਹਿੰਦਰ ਸਿੰਘ ਕੇਪੀ, ਰਮਨੀਤ ਬਿੱਟੂ ਦਾ ਫੋਟੋ, ਉਹ ਲੀਡਰ ਗਏ ਆ, ਚੌਧਰ ਦੀ ਭੁੱਖ ਵਿੱਚ ਗਏ ਆ, ਇਹ ਲਾਲਚ ਵਿੱਚ ਗਏ ਆ, ਡਰ ਕਰਕੇ ਗਏ ਆ। ਵਰਕਰ ਕੋਈ ਨਹੀਂ ਜਾਂਦਾ, ਵੋਟਰ ਕੋਈ ਨਹੀਂ ਜਾਂਦਾ ਜੀ। ਕਾਂਗਰਸ ਨੂੰ ਇਸ ਦੇ ਨਾਲ ਫਰਕ ਪਵੇਗਾ ਕਿ ਨਹੀਂ? ਨਹੀਂ, ਕਾਂਗਰਸ ਚ ਵਾਧਾ ਹੋਏਗਾ ਕਿ ਜਿਹੜੇ ਆ ਇਹ ਸਾਡੇ ਵਿੱਚ ਐਸੇ ਬੰਦੇ ਸੀ ਜਿਹੜੇ ਚੌਧਰ ਵਾਸਤੇ ਹੀ ਹੈ, ਉਹ ਚਲੇ ਗਏ ਹੈ, ਹੁਣ ਵਰਕਰ ਦੀ ਕਦਰ ਹੋਏਗੀ ਤੇ ਲੋਕਾਂ ਦੀ ਕਦਰ ਹੋਏਗੀ। ਲੋਕਾਂ ਦਾ ਕਿਸਾ ਹੋਇਆ ਗਿਆ ਕਿ ਹੈ ਇਹ ਮੈਨੂੰ ਕਹਿੰਦੇ ਨਾਮਾਂ ਦੇ ਪੁੱਤ ਬਚਾਓ ਨਸ਼ਿਆਂ ਤੋਂ।